ਆਜ਼ਾਦੀ ਦਿਵਸ ਤੇ ਕਹਾਣੀ ਹੈ ਪਾੜ ਲੇਖਕ ਮੋਨ ਪੰਡਾਰੀ ਮੈਂ ਆਪਣੇ ਆਪ ਚ ਆਇਆ ਹਰ ਚੰਦ ਮੇਰੇ ਕੋਲ ਪਿਆ ਹੈ ਮੇਰੇ ਐਨ ਸਾਹਮਣੇ ਸਿਰ ਮੁੰਨਿਆ ਹੋਇਆ ਕਰੜ ਬਰੜੀ ਦਾੜੀ ਅਧ ਖੜ ਉਮਰ ਉਹਨੂੰ ਇਸ ਹਾਲਤ ਚ ਦੇਖ ਮੇਰੇ ਅੰਦਰਲਾ ਜ਼ਖਮ ਮੁੜ ਕੇ ਹਰਾ ਹੋ ਗਿਆ ਬਾਹਰੋਂ ਕੁੰਡਾ ਖੜ ਗਿਆ ਮੇਰਾ ਦਿਲ ਧੜਕਿਆ ਜ਼ੋਰ ਜ਼ੋਰ ਦੀ ਕਈ ਮਹੀਨੇ ਹੋਏ ਪਹਿਲਾਂ ਵੀ ਬਾਹਰੋਂ ਬੂਆ ਖੜ ਗਿਆ ਸੀ ਕਈ ਵਾਰ ਪੁੱਛਣ ਤੇ ਕੋਈ ਬੋਲਿਆ ਨਹੀਂ ਸੀ। ਬਾਹਰ ਬੜੀ ਧੀਰ ਤੱਕ ਦੱਬਵੀਂ ਆਵਾਜ਼ ਚ ਕੁਸਰਮਸਰ ਹੁੰਦੀ ਰਹੀ ਸੀ ਤੇ ਦੂਜੇ ਦਿਨ ਮੈਂ ਆਪਣਾ ਟੱਬਰ ਸ਼ਹਿਰ ਤੋੜਦਾ। ਮੌਸਮ ਜੋ ਵਾਰਦਾਤਾ ਦਾ ਸੀ, ਇਉਂ ਹੀ ਵਾਪਰਦਿਆਂ ਸਨ ਤੇ ਇਹ ਬੂਆ ਖੜਕਦਾ, ਖੁੱਲਦਾ ਗੋਲੀਆਂ ਦੀ ਵਾਛੜ ਹੁੰਦੀ। ਅਗਲਾ ਥਾਂ ਢੇਰੀ ਹੋ ਜਾਂਦਾ। ਅਣਪਛਾਤੇ ਖੂਨੀ ਭੱਜ ਜਾਂਦੇ। ਪਿੱਛੇ ਰਹਿ ਜਾਂਦਾ ਲਹੂ ਦਾ ਛੱਪੜ ਭਿੰਕਦੀਆਂ ਮੱਖੀਆਂ। ਦਰਵਾਜ਼ਾ ਫੇਰ ਖੜ ਗਿਆ। ਹਰਚੰਦ ਨੇ ਦੱਬੀ ਆਵਾਜ਼ ਸੁਣ ਕੇ ਕੌਣ ਹੈ ਬਈ? ਕੋਲਾ ਬਾਰੋਂ ਕਿਸੇ ਗਬਰੂ ਦੀ ਪਰਵੀ ਲੋਰ ਚ ਆਵਾਜ਼ ਸੁਣਾਈ ਦਿੱਤੀ ਕੀ ਗੱਲ ਐ ਕਿ ਹਰਚੰਦ ਗੜਕੇ ਨਾਲ ਬੋਲਿਆ ਚੰਦਵੀਰ ਹੈਗਾ ਘਰੇ ਆਵਾਜ਼ ਕਰਾਰੀ ਸੀ ਹਰਚੰਦ ਨੇ ਅੱਗੇ ਵੱਧ ਕੇ ਬੂਹਾ ਖੋਲਤਾ ਮੁੰਡਾ ਮੜਕ ਨਾਲ ਤੁਰਦਾ ਅੰਦਰ ਆ ਗਿਆ ਉਮਰ 15-16 ਵਰਿਆਂ ਦੀ ਚੁਗਾਠਾ ਤਕੜਾ ਪੈਰੀਂ ਤਿੱਲੇ ਦੀ ਕੱਢਵੀਂ ਦੇਸੀ ਜੁੱਤੀ țeੜ ਪੋਥਾ ਸਿਰ ਤੇ ਕੇਸਰੀ ਪੱਗ ਅੱਖਾਂ ਮੁਤਾਬੀ ਵਿੱਚ ਲਾਲ ਲਾਲ ਡੋਰੀ ਮੈਂ ਪਹਿਲੀ ਨਜ਼ਰੇ ਪਛਾਣ ਲਿਆ ਹਾਕਮ ਸਿੰਘ ਦਾ ਛੋਟਾ ਮੁੰਡਾ ਸੀ ਹਰਚੰਦ ਦੇ ਚਾਚੇ ਦਾ ਪੁੱਤ ਭੋਲਾ ਸਾਨੂੰ ਦੇਖ ਕੇ ਮੁਸਕਰਾਇਆ ਅੱਲੜ ਤੇ ਆਪ ਮੁਹਾਰੀ ਮੁਸਕਰਾਟ ਭੋਲੀ ਜੀ ਬੈਠ ਪੋਲਿਆ ਮੈਂ ਆਖਿਆ ਉਹਨੇ ਮੈਨੂੰ ਉੱਤਰ ਦੇਣ ਦੀ ਤਾਂ ਹਰਚੰਦ ਨੂੰ ਕਿਹਾ ਤੈਨੂੰ ਬਾਪੂ ਨੇ ਸੱਦਿਆ ਕਿਉਂ ਕੀ ਗੱਲ ਹਰਚੰਦ ਉਤਸੁਖ ਹੋ ਗਿਆ ਪਤਾ ਨਹੀਂ ਕਹਿੰਦਾ ਬੁਲਾ ਕੇ ਲਿਆ ਕਹਿ ਕੇ ਮੁੰਡਾ ਫੇਰ ਮੁਸਕਰਾਇਆ ਚੰਗਾ ਕੱਲ ਨੂੰ ਆਉਂਗਾ ਦਿਨ ਚ ਹੋਰ ਤੇਰਾ ਕੀ ਹਾਲ ਹੈ ਹਰਚੰਦ ਨੇ ਮੂੰਹ ਚਾ ਕੇ ਮੁੰਡੇ ਦੇ ਮੋਢੇ ਤੇ ਹੱਥ ਰੱਖਤਾ ਠੀਕ ਆ ਵੀਰ ਤੂੰ ਘਰੇ ਰੋਟੀ ਕਿਉਂ ਨਹੀਂ ਖਾਂਦਾ ਭੋਲੇ ਨੇ ਸਹਿਜ ਭਰੇ ਉਚੇਚ ਚ ਗਿਲਾ ਕਰਦੇ ਆ ਆਖਿਆ ਕੋਈ ਨਾ ਇਹ ਵੀ ਆਪਣਾ ਹੀ ਘਰ ਹੈ ਹਰਚੰਦ ਹੱਸਿਆ ਐਵੇਂ ਆਪਣਾ ਘਰ ਹੈ ਚੰਗੇ ਲੱਗਦੇ ਆ ਮੁੰਡੇ ਹਰਖਜੇ ਚ ਵਸ ਰਿਹਾ ਚੰਗਾ ਚੰਗਾ ਕੱਲ ਨੂੰ ਆਉਂਗਾ ਹਰਚੰਦ ਦਾ ਉੱਤਰ ਸੁਣ ਕੇ ਮੁੰਡਾ ਉਹ ਨਹੀਂ ਪੈਰੀ ਮੁੜ ਗਿਆ ਪੰਡਤਾ ਅੱਜ ਆਲੂਆਂ ਦੀ ਦਾਲ ਬਣਾ ਲਿਵਟ ਮੇਂ ਤਰੀ ਕਣਕ ਦੇ ਫੁਲਕੇ ਪਤਲੇ ਪਤਲੇ ਫੁੱਲ ਮੇਂ ਜਿਹੋ ਜੇ ਤਾਈ ਬਣਾਉਂਦੀ ਹੁੰਦੀ ਸੀ ਯਾਦ ਹੈ ਨਾ ਕਹਿ ਕਿਉ ਮੇਰੀਆਂ ਅੱਖਾਂ 'ਚ ਚੱਕਿਆ ਸਿੱਧਾ ਉਹਦੀਆਂ ਅੱਖਾਂ 'ਚ ਵਰਾਗੇ ਹੋਏ ਨਿਆਣੇ ਵਰਗਾ ਤਰਲਾ ਸੀ ਲਿਫਟ ਮੇ ਤਰੀ ਮੈਂ ਖੇਚ ਤੇ ਮਖੌਲ ਭਰੀ ਰੌਣ ਚ ਉਹਦੀ ਰੀਸ ਲਾਈ ਫਿਰ ਜੀ ਕੀਤਾ ਕਹਾਂ ਸਾਲਿਆ ਤੂੰ ਸਰਦਾਰ ਹਾਕਮ ਸੇ ਹੋਵੇਂ ਤਰੀ ਵਾਲੀਆਂ ਸਬਜ਼ੀਆਂ ਖਾਣ ਨੂੰ ਬੇਰੁਖੀ ਮਿੱਸੀ ਨਹੀਂ ਲੰਘਦੀ ਤੇਰੇ ਹਲਕੋਂ ਪਰ ਤਰੀ ਦੇ ਖਿਆਲੀ ਸੁਆਦ ਚ ਸੁਆਦ ਸੁਆਦ ਹੋਇਆ ਮੇਰਾ ਆਪਾ ਕੁਝ ਠੰੰਭਰੇ ਆ ਤੇ ਫਿਰ ਆਪਣੇ ਬੁੱਲਾਂ ਤੇ ਜੀਬ ਫੇਰਦਾ ਮੈਂ ਬੋਲਿਆ ਤੂੰ ਵੀ ਬਸ ਉਹੀ ਰਿਹਾ ਮਾਂ ਦਾ ਚੰਦ ਦਿੱਲੀ ਦੇ ਖਣ ਕੋ ਮਾਂ ਅਜੇ ਵੀ ਆਲੂਆਂ ਦੀ ਸਬਜ਼ੀ ਨੂੰ ਦਾਲ ਕਹੀ ਜਾਂਦਾ ਕੋਈ ਮੈਂ ਤਾਂ ਹੋਰ ਨਾ ਸੁਣ ਬੈਠੀ ਤੂੰ ਮੁਰਗਾ ਬਣਾਵੇਂ ਨਾ ਉਹ ਵੀ ਮੂੰਗੀ ਦੀ ਦਾਲ ਵਰਗਾ ਬਣੂ ਤੇ ਤੂੰ ਦੇਖ ਲਈ ਕਦੇ ਪਰਤੇ ਆ ਕੇ ਉਹ ਸ਼ਰਾਰਤੀ ਹਾਸਾ ਹੱਸਿਆ ਰੁਕਿਆ ਤੇ ਫਿਰ ਭੁੜ ਗਿਆ ਹੁਣ ਉਹੀ ਨਾ ਜੀਵ ਹੱਤਿਆ ਜੀਵ ਹੱਤਿਆ ਦੀ ਦੁਹਾਈ ਦੇ ਕੇ ਮੇਰਾ ਸੁਆਦ ਖਰਾਬ ਕਰੀ ਤੂੰ ਕੀ ਜਾਣੇ ਤਰੀ ਤੇ ਤਰੀ ਦਾ ਸਵਾਦ ਬੋਲਦਾ ਬੋਲਦਾ ਉਹ ਇੱਕਦਮ ਰੁਕ ਗਿਆ ਤੇ ਅੱਖਾਂ ਗੱਡ ਕੇ ਕਾਲੀ ਤੋਂ ਅੱਖੇ ਛੱਤ ਵੱਲ ਝਾਕਣ ਲੱਗ ਪਿਆ ਕਿਉਂ ਹੁਣ ਕੀ ਹੋ ਗਿਆ ਤੂੰ ਤਾਂ ਇਹ ਹੁਣ ਚੁੱਪ ਕਰ ਗਿਆ ਜਿਵੇਂ ਕਹਿੰਦਾ ਕਹਿੰਦਾ ਮੈਂ ਸੁਚੇਤ ਹੋ ਗਿਆ ਤੇ ਬੋਲ ਮੇਰੇ ਸੰਗ ਚੜ ਗਏ ਉਹ ਚੁੱਪ ਰਿਹਾ ਹਰਚੰਦ ਕੀ ਹੋ ਗਿਆ ਤੈਨੂੰ ਹੁਣੇ ਚੰਗਾ ਭਲਾਤਾ ਤੂੰ ਗੱਲਾਂ ਕਰਨ ਲੱਗਾ ਸੀ ਮੈਂ ਉਹਦੇ ਸਿਰ ਤੇ ਹੱਥ ਫੇਰਦਿਆਂ ਆਖਿਆ ਉਹ ਮੇਰੇ ਵੱਲ ਵੇਖ ਕੇ ਮੁਸਕਰਾਇਆ ਮੈਨੂੰ ਲੱਗਿਆ ਜਿਵੇਂ ਮੇਰੀ ਹਾਲਤ ਵੇਖ ਕੇ ਉਹਨੂੰ ਗੁੱਸਾ ਆਉਣ ਲੱਗਾ ਹੋਵੇ ਜਾਂ ਹਾਸਾ ਤੇ ਇਸ ਗੁੱਸੇ ਹਾਸੇ 'ਚ ਵਿਅੰਗ ਭਰੀ ਮੁਸਕਰਾਹਟ ਪ੍ਰਗਟ ਹੋਈ ਹੋਵੇ ਮੈਂ ਆਪਣੀ ਬੇਵੱਸੀ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਬਸ ਪਰ ਬਿਬਾ ਵੀਰ ਬਣ ਕੇ ਉਹ ਜਾਣੇ ਜੋ ਕਰੂ ਸੋ ਪਰੂ ਸਮੋ ਆਣ ਤੇ ਹੋਣਗੇ ਨਵੇੜੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਕੇ ਰਹੂ ਉਹ ਸਮਾਊਗਾ ਜ਼ਰੂਰ ਆਪਾਂ ਜਿਉਂਦੇ ਹੋਈਏ ਚਾਹੇ ਨਾ ਕਦੇ-ਕਦੇ ਪਾਪ ਵੀ ਭਾਰੂ ਹੋ ਜਾਂਦਾ ਹੈ ਬੰਦਿਆਂ 'ਤੇ ਮੈਂ ਉਹਨੂੰ ਦਲਾਸੇ ਦੇਣ ਲੱਗ ਪਿਆ। ਮੇਰੀ ਗੱਲ ਸੁਣ ਕੇ ਇੱਕ ਵੇਰੀ ਤਾਂ ਉਹ ਜਿਵੇਂ ਨਿੱਸਲ ਹੋ ਗਿਆ। ਫਿਰ ਉਹਨੇ ਘੂਰੀ ਵੱਟੀ, ਬੁੱਲ ਮਰੋੜੇ ਦੇਖਦਿਆਂ ਦੇਖਦਿਆਂ ਅੱਖਾਂ ਲਾਲ ਹੋ ਗਈਆਂ ਉਹਦੀਆਂ। ਭੱਖਦੇ ਅੰਗਿਆਰ ਉਹ ਇੱਕੋ ਝਟਕੇ ਨਾਲ ਉੱਠ ਬੈਠਾ। ਉਹਦੀ ਪੂਰੀ ਦੇਹ ਕੰਬੀ ਉਹਨੂੰ ਫੜ ਕੇ ਸੰਭਾਲਣ ਦੀ ਕੋਸ਼ਿਸ਼ ਕੀਤੀ। ਉਹਨੇ ਮੇਰੇ ਹੱਥ ਛੁਡਾ ਕੇ ਪਿੱਛੇ ਨੂੰ ਝੰਡਕ ਦਿੱਤੇ। ਖੁੰਜੇ 'ਚ ਥੁੱਕਿਆ ਫਿਰ ਕਹਿਣ ਲੱਗਾ। ਤੋਤਾ ਕਹਿੰਦਾ ਹੁੰਦਾ ਸੀ ਆਪਾਂ ਇਨਕਲਾਬ ਲਿਆਵਾਂਗੇ। ਹੈਂ? ਹੁਣ ਕਹਿੰਦਾ ਸਮਾਂ ਆਉਣ ਤੇ ਆਪੇ ਸਭ ਕੁਝ ਠੀਕ ਹੋ ਜਾਊ ਧੁਰ ਦਰਗਾਹੀ ਲੇਖੇ ਹੋਣਗੇ ਦੁੱਧ ਦਾ ਦੁੱਧ ਹੂੰ ਸੁੱਕੇ ਪੋਚਾ ਪਾਚੀ ਸੁਰਗਾਂ ਦੇ ਲਾਰੇ ਇਨਕਲਾਬ ਇਸੇ ਆਸਤੇ ਅਸੀਂ ਸਾਰੀ ਉਮਰ ਪੱਟ ਝੋਕਦੇ ਰਹੇ ਕੁੱਟ ਖਾਂਦੇ ਰਹੇ ਇਹ ਕਿਉਂ ਨਹੀਂ ਕਹਿੰਦਾ ਵੀ ਇਸ ਪਾਪ ਦਾ ਮੁਕਾਬਲਾ ਡਟੋ ਉਹ ਹੰਕਣ ਲੱਗ ਪਿਆ ਮੈਂ ਚੁੱਪ ਰਿਆ ਆਵਾਜ਼ ਸੋਚਣ ਤੇ ਨਾ ਸੋਚਣ ਦੀ ਸਥਿਤੀ ਵਿੱਚ ਖਾਲੀ ਖਾਲੀ ਭਰਿਆ ਭਰਿਆ ਉਹ ਫੇਰ ਬੁੜ ਗਿਆ ਇਨਕਲਾਬ ਨਾ ਹੋਇਆ ਉਠਦਾ ਬੁੱਲ ਹੋ ਗਿਆ ਤੇ ਜਨਾਬ ਕਹਿੰਦੇ ਨੇ ਸਮੋਂ ਆਉਣ ਤੇ ਸਮੋਂ ਸਮੋਂ ਜਿਵੇਂ ਆਪੇ ਆਜੂ ਚਾਬੀ ਦਿੱਤੀ ਖਡਾਉਣੇ ਵਾਂਗੂ ਆਪ ਨਹੀਂ ਹੱਥ ਪੱਲਾ ਮਾਰਨਾ ਨਾ ਨਾ ਪਾਪ ਲੱਗ ਜੂ ਬੁੱਧ ਖੋਨ ਹੋ ਜੂ ਜੀਵ ਹੱਤਿਆ ਉਹਨੇ ਦੰਦ ਘਰੀਚੇ ਪਹਿਲਾਂ ਤਾਂ ਮੈਂ ਸੋਚਿਆ ਕਿ ਗੱਲ ਦਾ ਰੁਖ ਬਦਲਿਆ ਜਾਵੇ ਪਰ ਇਸ ਸਮੇ ਮੈਨੂੰ ਔੜ ਕੁਝ ਨਹੀਂ ਸੀ ਰਿਹਾ ਅਚਾਨਕ ਬੋਲੇ ਇਸ ਹੱਲੇ ਮੂਰੇ ਮੇਰੇ ਹੱਥ ਪਰ ਝੁੱਠੇ ਪੈ ਗਏ ਨਤਾਣਾ ਹੋ ਗਿਆ ਮੈਂ ਫਿਰ ਬੇਵੱਸੀ ਦੇ ਆਲਮ ਚ ਮੇਰੇ ਮੂੰਹ ਨਿਕਲ ਗਿਆ ਚੰਗਾ ਤੂੰ ਹੀ ਦੱਸ ਹੁਣ ਕੀ ਕਰੀਏ ਮੇਰੀ ਤਾਂ ਸਮਝ ਕੁਛ ਨਹੀਂ ਸੀ ਆ ਰਿਆ ਮੈਂ ਹਥਿਆਰ ਸੁੱਟ ਦਿੱਤੇ ਉਹਦੇ ਮੂਰੇ ਉਹਦਾ ਤਪਿਆ ਚਿਹਰਾ ਅੱਖਾਂ ਚੋਂ ਨਿਕਲਦੇ ਚੰਗਿਆੜੇ ਦੇਖ ਕੇ ਨੀਵੀਂ ਪਾ ਲਈ ਇੱਕ ਬਿੰਦ ਚੁੱਪ ਛਾਈ ਰਹੀ ਕਰਨਾ ਕੀ ਹੈ ਫਾਹਾ ਲੈ ਲੋ ਜਾਂ ਮਰੀ ਜਾਓ ਭੇਡਾਂ ਬੱਕਰੀਆਂ ਵਾਂਗ ਪਹਿਲਾਂ ਵੀ ਤਾਂ ਐਵੇਂ ਹੀ ਕਰਦੇ ਆ ਰਹੇ ਆਂ ਦਾੜ ਵੱਟ ਜਮਾਨਾ ਕੱਟ ਭਲੇ ਦੇ ਨਾਵਣਗੇ ਉਹਨੇ ਹੀ ਜੜਿਆਂ ਦੀ ਨਕਲ ਲਾਉਂਦੇ ਆ ਗਿੱਧਾ ਪਾ ਕੇ ਮੂੰਹ ਚੜਾਇਆ ਤੈਨੂੰ ਸ਼ਰਮ ਨਹੀਂ ਆਉਂਦੀ ਇਹੋ ਜੀਆਂ ਗੱਲਾਂ ਕਰਦੇ ਨੂੰ ਅੰਦਰੋਂ ਡਰਦੇ ਆ ਬਾਹਰੋਂ ਘੂਰਦੇ ਆ ਮੈਂ ਨਰਮਾਈ ਨਾਲ ਬੋਲਿਆ ਸੱਚ ਪੁੱਛਦਾ ਤਾ ਸ਼ਰਮ ਹੀ ਆਦੀਆਂ ਗੱਲਾਂ ਕਰਦੇ ਆਪਾਂ ਸੋਹਦੇ ਹੀ ਨਹੀਂ ਇਹ ਗੱਲਾਂ ਸੂਰਮੇ ਕਰਨ ਤਾਂ ਕਰਨ ਉੰਜ ਸ਼ਰਮ ਹੁਣ ਰਹਿ ਕਿੱਥੇ ਗਈ ਉਹ ਨੰਗੇ ਹੋ ਕੇ ਨੱਚ ਰਹੇ ਨੇ ਚੌਹੀ ਕੁੰਟੀ ਮਾਰਦੇ ਨੇ ਤਾਂ ਅਸੀਂ ਇੱਧਰ ਨੂੰ ਭੱਜਦੇ ਆਂ ਇੱਧਰੋਂ ਪੈਂਦੀਆਂ ਨਹੀਂ ਤੇ ਸਾਡੀਆਂ ਪਦੀੜਾਂ ਉੱਧਰ ਨੂੰ ਪੈਂਦੀਆਂ ਨੇ ਉਹ ਮੰਝੇ ਤੋਂ ਉਤਰ ਕੇ ਪੈਰ ਐਨ ਮੂਰੇ ਪੈਰਾਂ ਭਾਰ ਬੈਠ ਕੇ ਮੇਰੀਆਂ ਅੱਖਾਂ ਚੱਖਾਂ ਗੱਡ ਕੇ ਚਾਕਣ ਲੱਗ ਪਿਆ ਜਿਵੇਂ ਮੇਰਾ ਅਮਲੀ ਚਾਚਾ ਅਰਜਣ ਇੱਕ ਹੱਥ ਤਤੂਰੀ ਚਿਲਮ ਤੇ ਦੂਜੇ ਹੱਥ ਚਿਮਟੀ ਫੜ ਕੇ ਚੁੱਲ੍ਹੇ ਮੂਰੇ ਪੈਰਾਂ ਭਾਰ ਬੈਠ ਭੁਬਲ ਚੋਂ ਗਿਆ ਅਰ ਕੱਢ ਪਹਿਲਾਂ ਫੂਕ ਮਾਰਦਾ ਫਿਰ ਬੋਚ ਕੇ ਚਿਲਮ ਦੇ ਮੂੰਹ ਤੇ ਰੱਖਦਾ ਹਮੇਸ਼ਾ ਇਹ ਗਿਲਾ ਕਰਦਾ ਹੁੰਦਾ ਅੱਜ ਸੌਰੀ ਅੱਗ ਨੂੰ ਪਤਾ ਨਹੀਂ ਕੀ ਵਿੱਜ ਪੈ ਗਈ ਮਜਾਲ ਹੈ ਮਗ ਦਾ ਕੋਲਾ ਲੱਭ ਜੇ ਕੋਈ ਤੰਜਰ ਦੇ ਚੱਜ ਦਾ ਇਨਣ ਬਾਲ ਬਲਣ ਤਾਂ ਅੱਗ ਬਣੇ ਐਵੇਂ ਘਰ ਚ ਬੇਫਜੂਲ ਧੂਆਂ ਧਾਰ ਕਰੀ ਰੱਖਣਗੇ ਤੇ ਮੈਨੂੰ ਹਰ ਚੰਦ ਦੇ ਸਾਹਾਂ ਚ ਸੇਕ ਆਉਣ ਲੱਗਿਆ ਤੇ ਮੈਂ ਦੋ ਕਦਮ ਪਿੱਛੇ ਨੂੰ ਹਟ ਕੇ ਬੈਠ ਗਿਆ ਤੋਂ ਉਧਰੋਂ ਕਿ ਭੱਜਿਆ ਫਿਰ ਕਰਦਾ ਦੋ ਹੱਥ ਉੱਥੇ ਹੀ ਨਾ ਚਾਹੁੰਦੇ ਆ ਵੀ ਮੇਰੇ ਮੂੰਹੋਂ ਇਹ ਬੋਲ ਨਿਕਲ ਗਏ ਅਚਾਨਕ ਸੁੱਤੇ ਸਦ ਅੰਦਰੇ ਅੰਦਰ ਮੈਨੂੰ ਬਹੁਤ ਪਛਤਾਵਾ ਹੋਇਆ ਇਹ ਮੈਂ ਕੀ ਕਹਿ ਬੈਠਾ ਉਹਨੂੰ ਛੇੜਨ ਦੀ ਮੇਰੀ ਕੋਈ ਇੱਛਾ ਨਹੀਂ ਸੀ ਸੁਣ ਕੇ ਉਹ ਤੜਪ ਉੱਠਿਆ ਜਿਵੇਂ ਕਿਸੇ ਨੇ ਨੇਜਾ ਉਹਦੇ ਕਾਲਜੇ 'ਚ ਸਿੱਧਾ ਘੱਡ ਦਿੱਤਾ ਹੋਵੇ ਉਹ ਮੇਰੇ ਵੱਲ ਹੋਰ ਤਰ੍ਹਾਂ ਚੱਕਿਆ ਉਪਰੇਆ ਵਾਂਗ ਔਖਾ ਔਖਾ ਜਿਵੇਂ ਮੈਤੋਂ ਬੜੀ ਭਾਰੀ ਭੁੱਲ ਹੋ ਗਈ ਹੋਵੇ ਓਏ ਮੇਰੇ ਮੂੰਹੋਂ ਹੋਰ ਨਾ ਸੁਣ ਲਈ ਕੋਈ ਚ ਉੱਥੇ ਤੋਂ ਮੇਰੀ ਰਾਖੀ ਬਰਗੇੜ ਬਿਠਾਏ ਹੋਏ ਸੀ ਲੁੱਚੇ ਲਫੰਗੇ ਕੀਤੇ ਬੰਦਿਆਂ ਦੀਆਂ ਧਾੜਾਂ ਦੀਆਂ ਧਾੜਾਂ ਲੈ ਕੇ ਆਗੇ ਤੇਰੇ ਪਤੰਦਰ ਨੇਰੀ ਵਾਂਗੂ ਆਗੇ ਉਹ ਤੇ ਅਸੀਂ ਨਿਹੱਥੇ ਦੇਖਦੇ ਰਹਿ ਗਏ ਸਾਡੀਆਂ ਅੱਖਾਂ ਸਾਹਮਣੇ ਘਰ ਫੂਕਤੇ ਬੰਦੇ ਅੰਦਰ ਸਾੜਤੇ ਮਾਰਤੇ ਉਹਨਾਂ ਨੇ ਆਪਣੇ ਕੁਲਗਦਿਆਂ ਦੇ ਇਸ਼ਾਰੇ ਤੇ ਭੁੱਖ ਨੰਗ ਤਾਂ ਉਹੀ ਵਰਤੀ ਪਈ ਐ ਮੁਲਖ ਚ ਪੜਕੇ ਤੇ ਰੋਣ ਹਾਕੇ ਹੋਏ ਦਾ ਉਹਦਾ ਗੱਜ ਪਰ ਆਇਆ ਮੈਂ ਕਮਲਿਆਂ ਵਾਂਗੂ ਦਾ ਮੂੰਹ ਵੇਖਦਾ ਰਿਆ ਹੁਣ ਮੇਰੇ ਕੰਨिक्की ਝਾਕੀ ਜਾਣਾ ਝਾੜ ਚ ਫਸੇ ਸਹੇ ਅੰਗ ਦੇ ਜਵਾਬ ਉਤੋਂ ਬੱਕਦਾ ਭੱਜਿਆ ਨਾ ਨਾ ਹੋਰ ਮੇਤਾ ਤੋਂ ਪੁੱਛ ਕੇ ਆਉਂਦਾ ਪਟਿਆਲੇ ਵਾਲੇ ਰਾਜੇ ਤੋਂ ਇੱਥੇ ਅੰਦਰ ਬੈਠਾ ਹਾ ਦੇ ਨਾਰੇ ਮਾਰੀ ਜਾਂਦਾ ਵਡਿਆ ਨਵਾਬਾ ਤੂੰ ਕਿਹੜੇ ਹਰੀਆਵਲ ਦਸਤੇ ਜੱਥੇ ਬੰਦ ਕਰ ਲੇ ਤੋਰਤਾ ਟੱਬਰ ਸ਼ਹਿਰ ਨੂੰ ਇੱਕ ਵਾਰੀ ਧਾੜ ਦੇ ਲੈਕਚਰ ਜਿੰਨੀ ਮਰਜ਼ੀ ਆ ਦਵਾ ਲਉ ਫੋਕੇ ਨਾਰੇ ਮਰਵਾ ਲਉ ਬੰਦ ਹੂੰ ਚਾੜਨਗੇ ਤਾਂ ਚਾਂਦੇ ਗਰੀਬਾਂ ਦੇ ਮਸੀਹ ਆਪੇ ਬਣੇ ਫਿਰਦੇ ਨੇ ਥੇਲੇ ਵੱਟੇ ਕੋਈ ਸਿਆਣ ਦਾ ਨਹੀਂ ਇਹਨਾਂ ਨੂੰ बोलदा बोलदा वो बंदक रुकिया खंगिया उबाल उठण वांग फिर तमके बोलण लगा मैं ओना ठेकेदारों ਦੇ ਸੱਦੇ ਤੇ ਵੀ ਨਹੀਂ ਆਇਆ ਜਿਹੜੇ ਸੰਗ ਪੜ ਪੜ ਕੂਕਾ ਮਾਰਦੇ ਨਹੀਂ ਥੱਕਦੇ ਆਜੋ ਆਜੋ ਜਿਵੇਂ ਸਾਡੇ ਲਈ ਮਿੱਠੇ ਚੌਲ ਬਣਾਈ ਬੈਠੇ ਹੁੰਦੇ ਨੇ ਆਪਣਾ ਆਪ ਸੰਭਾਲਿਆ ਨਹੀਂ ਜਾਂਦਾ ਸਾਨੂੰ ਹਾਕਾ ਮਾਰਦੇ ਨੇ ਇਹ ਤਾਂ ਚਮਗਿੱਦੜਾਂ ਵਾਲੀ ਗੱਲ ਹੋਈ ਵੀ ਜहाँ ਹਮ ਲਮਕੇ ਵਹਾਂ ਤੁਮ ਲਮਕੋ ਚਲੋ ਜਿਹੜੇ ਇਹਨਾਂ ਦੀਆਂ ਗੱਲਾਂ ਚਾ ਕੇ ਆ ਵੀ ਗਏ ਉਹਨਾਂ ਨੂੰ ਕਿਹੜਾ ਇਹਨਾਂ ਨੇ ਆਪਣੀਆਂ ਹਵੇਲੀਆਂ ਦੇ ਕਬਜ਼ੇ ਦੇਤੇ ਜਾਂ ਭੋਏ ਵੱਢਤੀ ਦੋਜ਼ਖਾਂ ਚ ਪਾਤੇ ਸਗੋ ਬਸ ਖਚੋਲਾ ਪਾਉਣਾ ਪਾਈ ਜਾਂਦੇ ਨੇ ਉਹਦੀਆਂ ਅੱਖਾਂ ਫੇਰ ਭਾਰੀਆਂ ਯਾਰਾ ਉੱਥੇ ਤੇਰੇ ਮੇਰੇ ਵਰਗੇ ਲੋਕ ਵੀ ਹੈਗੇ ਨੇ ਉਹ ਧਾੜ ਦੇ ਕੋਈ ਤਾਂ ਹੁਣ ਗਈ ਥੱਲਰ ਪਾਉਣ ਵਾਲੇ ਜਮੈਦਾਰੀ ਸਾਰੇ ਆਪਣੇ ਵੱਲੋਂ ਮੈਂ ਆਸ਼ਾਵਾਦੀ ਹੁੰਦੇ ਆਖਿਆ ਬਸ ਇੱਧਰ ਵਰਗੇ ਹੀ ਨੇ ਨਿਹੱਥੇ ਤੇ ਡਰੇ ਹੋਏ ਉਹ ਬੋਲਿਆ ਪਰ ਕੋਈ ਕਸੂਰਤਾ ਦੱਸੇ ਮੈਂ ਕਾਲਾ ਪੈ ਗਿਆ। ਪਾੜਾ ਇਹ ਹੀ ਲਨਤ ਹੈ ਉਹ ਬੋਲਿਆ। ਮੇਰਾ ਖਿਆਲ ਹੈ ਲੋਕ ਉੱਠਣਗੇ ਤਾਂ ਸਹੀ ਕਦੇ ਨਾ ਕਦੇ। ਉਹ ਅੱਤ ਤਾਂ ਹੁਣ ਆਈ ਹੋਈ ਐ ਦੇਖ ਹੀ ਲਿਆ ਤੂੰ। ਐਦੋਂ ਹੁਣ ਹੋਰ ਹੁਣ ਮੇਰੇਆਂ ਬੋਲਾਂ 'ਚ ਤਰਲਾ ਜਿਹਾ ਆ ਗਿਆ। ਆਹੋ ਤੁਸੀਂ ਵੱਡੇ ਆਗੂ ਬੈਠੇ ਰਹੋ ਲੋਕ ਆਪੇ ਉੱਠ ਖੜਨਗੇ ਹੈਨਾ ਉਧਰ ਵੀ ਤੇਰੇ ਵਰਗੇ ਅਕਲ ਦੇ ਅੰਨੇ ਬਥੇਰੇ ਨੇ ਵੱਡੇ ਵੱਡੇ ਬੁੱਧੀ ਜੀਵੀ। ਲੈਕਚਰ ਦਿੰਦੇ ਨੇ ਅਖਬਾਰਾਂ ਚ ਲੇਖ ਛਾਪਦੇ ਨੇ ਸੈਮੀਨਾਰ ਰਚਾਉਂਦੇ ਨੇ ਅਖੇ ਚੁਪੀਤੀ ਬਹੁ ਗਿਣਤੀ ਇੱਕ ਦਿਨ ਕਰਾਮਾਤ ਕਰ ਦਿਖਾਓ ਸਾਲਾਂ ਦੇ ਸਾਲ ਬੀਤ ਗਏ ਸੁਭਾਗਾ ਦਿਨ ਆਇਆ ਕਦੇ ਨਾ ਉਹ ਤਾਂ ਉਹ ਜਿਹੜੇ ਕੁਝ ਕਰਕੇ ਦਿਖਾਉਣ ਦੀਆਂ ਫੜਾ ਮਾਰਦੇ ਸੀ ਨਾ ਉਹ ਵੀ ਹੱਥਾਂ ਤੇ ਹੱਤ ਧਰੀ ਬੈਠੇ ਨੇ ਅਜੀਬ ਆ ਸਾਡਾ ਮੁਲਕ ਵੀ ਉਹਦਿਆਂ ਬੋਲਾਂ ਚ ਨਿਰਾਸ਼ਾ ਸਪਸ਼ਟ ਦਿਖਾਈ ਦੇ ਰਹੀ ਸੀ ਤੂੰ ਇੱਧਰ ਆਇਆ ਮੇਰਾ ਮਤਲਬ ਹੈ ਮੈਂ ਸੁਚੇਤ ਹੋ ਕੇ ਬੋਲਣ ਲੱਗਾ ਹੋਰ ਵੀ ਸੁਚੇਤ ਹੋ ਗਿਆ ਤੇ ਫਿਕਰਾ ਮੈਂ ਤੋਂ ਪੂਰਾ ਨਾ ਹੋ ਸਕੇ ਫੇਰ ਉਹੀ ਗੱਲ ਇਹ ਇੱਧਰ ਉੱਧਰ ਕੀ ਲਾਈ ਏ ਓਏ ਉਹ ਤੱਤਾ ਹੋ ਕੇ ਜਵਾਬ ਦੇਣ ਨੂੰ ਇੱਕਦਮ ਔਲਿਆ ਪਰ ਫੇਰ ਸੋਚੀ ਪੈ ਗਿਆ ਆਪਣੇ ਉੱਤੇ ਹੋਏ ਵਾਰ ਨੂੰ ਚੁੱਪਚਾਪ ਜਜ਼ਬ ਕਰਦਾ ਰਿਹਾ ਕੁਝ ਫੇਰ ਚੁੱਪ ਰਹਿਣ ਪਿਛੋਂ ਨੇ ਹੋਕਾ ਲੈਣ ਵਾਂਗ ਖੰਗੂਰਾ ਮਾਰਿਆ ਫੇਰ ਉਦਾਸੀ ਭਰੀ ਮੁਸਕਰਾਟ ਨਾਲ ਸਹਿਜ ਹੁੰਦਾ ਮਲਕੜੇ ਬੋਲਿਆ ਆਤਮੇ ਬੱਤੀ ਜਗਾਲਾ ਅੰਦਰ ਹਨੇਰਾ ਹੋ ਗਿਆ ਮੈਂ ਖੜਾ ਹੋ ਕੇ ਸੱਚ ਦੱਬ ਦਿੱਤੀ ਜੋ ਫੇਰੇ ਚਾਨਣ-ਚਾਨਣ ਹੋ ਗਿਆ ਹੁਣ ਅਸੀਂ ਇੱਕ ਦੂਜੇ ਨੂੰ ਤੇ ਆਪਣੇ ਚਿਹਰਿਆਂ ਤੇ ਆਉਣ ਵਾਲੇ ਪ੍ਰਭਾਵ ਨੂੰ ਦੁਬੱਲੀ ਵੇਖ ਸਕਦੇ ਸੀ ਤਣਾਓ ਦੇ ਪਰਛਾਵੇਂ ਢਲ ਰਹੇ ਸੀ ਸੰਸੇ ਤੇ ਸ਼ੱਕ ਦੀ ਕੰਧੇ ਨਹੀਂ ਮਜ਼ਬੂਤ ਨਹੀਂ ਸੀ ਜੋ ਸਦਾ ਖੜੀ ਰਹਿੰਦੀ ਇਹਦੇ ਢਹਿਣ ਦਾ ਅਮਲ ਸ਼ੁਰੂ ਹੋ ਗਿਆ ਸੀ ਇਹ ਗੱਲ ਮੇਰੇ ਅੰਦਰਲੇ ਅਹਿਸਾਸ ਨੂੰ ਪ੍ਰਤੀਤ ਹੋਈ ਇਹ ਸਮਲ ਨੂੰ ਸ਼ਾਇਦ ਹਰਚੰਦ ਨੇ ਵੀ ਮਹਿਸੂਸ ਕੀਤਾ ਹੋਏਗਾ ਸੁਖਾਵਾਂ ਤੇ ਸੁਹਿਰਦ ਵਾਤਾਵਰਨ ਅਸੀਂ ਪੈਦਾ ਕਰਨਾ ਸੀ ਨਾ ਮੈਂ ਤਾਂ ਤੇਰੀ ਖਬਰ ਨੂੰ ਆਇਆ ਤੇ ਕਮਲਿਆ ਜਦੋਂ ਮੈਨੂੰ ਪਤਾ ਲੱਗਿਆ ਵੀ ਤੂੰ ਸਾਰਾ ਟੱਬਰ ਸ਼ਹਿਰ ਤੋੜਤਾ ਮੈਂ ਸੋਚਿਆ ਚੱਲ ਮਨਾ ਖਬਰ ਸਾਰੀ ਲਿਆ ਆ ਮਾਂ ਉਹਦੀ ਪਤਾ ਨਹੀਂ ਕਿਵੇਂ ਵਕਤ ਕੱਟਦਾ ਹੂ ਕੱਲਾ ਬਾਲਾ ਹੀ ਲੱਸਾ ਹੋ ਗਿਆ ਤੂੰ ਆਤਮਿਆ ਕੁਛ ਖਾਇਆ ਪੀਆ ਕਰ ਐਵੇਂ ਨਹੀਂ ਤੇਰੀ ਢਾਕੇ ਬਹਿ ਜਾਈਦਾ ਤੂੰ ਮੇਰੇ ਕੰਨੀ ਦੇਖ ਇਹਨਾਂ ਅੱਖਾਂ ਮੂਰੇ ਟਰੱਕ ਫੂਕਦਾ ਮੇਰਾ ਸਾਰੀ ਉਮਰ ਦੀ ਕਮਾਈ ਫਿਰ ਵੀ ਮੈਂ ਹੌਸਲਾ ਨਹੀਂ ਹਾਰਿਆ ਕਲੇਮ ਭਰਤਾ ਫੇਰ ਟਰੱਕ ਲਊਂਗਾ ਮੈਂ ਮਿਹਨਤ ਕਰੂੰਗਾ ਦਿਨ ਰਾਤ ਏ ਹਾਲ ਸਦਾ ਨਹੀਂ ਰਹਿਣਾ ਸੁਜਾਤਾ ਨੇ ਮੈਨੂੰ ਡਿੱਗਣ ਨਹੀਂ ਦਿੱਤਾ ਕਹਿਣ ਲੱਗੀ ਤੂੰ ਦਿਲ ਛੋਟਾ ਮਤ ਕਰੋ ਹਿੰਮਤ 세 ਕਾਮ ਲੋ ਹਮ ਤੁਹਾਰੇ ਸਾਥ ਹੈ ਟਰੱਕ ਜਲਾ ਦਿਆ ਤੋ ਕਿਆ ਹੂਆ ਜਾਨ ਤੋ ਸਲਾਮਤ ਹੈ ਫਿਰ ਕਮਲੀ ਦੀਆਂ ਮੈਨੂੰ ਵੇਖ ਕੇ ਅੱਖਾਂ ਭਰ ਆਈਆਂ ਤੇ ਬੋਲੀ ਸ਼ਾਮ ਤੁਹਾਰੇ ਰੇਸ਼ਮ 세 ਬਾਲ ਕਹਾਂ ਗਏ ਕਿਉਂ ਕਟਵਾਏ ਤੋਨੇ ਗੱਲਾਂ ਕਰਦੇ ਦੀਆਂ ਉਹਦੀਆਂ ਅੱਖਾਂ ਸੇ ਜਲ ਹੋਈਆਂ ਤੇ ਕਹਿਣ ਲੱਗਾ ਤੂੰ ਯਾਰ ਉਈ ਤੋਰਤਾ ਟਬਰ ਸ਼ਹਿਰ ਬਾਮਣੀ ਰਹਿਣ ਆਪਾ ਤੇਰੇ ਨਿਆਣੇ ਲਿਆਵਾਂਗੇ ਮੋੜ ਕੇ ਪਿੰਡ ਸੁਣਿਆ ਬੋਲਦੇ ਦਾ ਪਹਿਲਾਂ ਉਹਦਾ ਗੱਜ ਭਰਿਆ ਫਿਰ ਮੈਨੂੰ ਧਾ ਕੇ ਜੱਫੀ ਪਾਉਂਦਾ ਭੁੱਬੀ ਰੋਪਿਆ ਮੇਰਾ ਰੋਣ ਵੀ ਆਪ ਮੁਹਾਰੇ ਨਿਕਲ ਗਿਆ ਗੱਲਾਂ ਤਾਂ ਪਹਿਲਾਂ ਵੀ ਕਦੇ-ਕਦੇ ਉਹ ਅਜੀਬ-ਜੀਬ ਕਰਨ ਲੱਗ ਪੈਂਦਾ ਸੀ ਪਰ ਐਤ ਕੀ ਤਾਂ ਉਹਨੇ ਮੇਰਾ ਤਰਾ ਹੀ ਘੜ ਦਿੱਤਾ ਰੋਟੀ ਟੁਕੋਂ ਵੇਲੇ ਹੋ ਸੀ ਅਜੇ ਆਰਾਮ ਕਰਨ ਬਾਰੇ ਸੋਚ ਹੀ ਰਹੀ ਸੀ ਕਿ ਬੋਲ ਉੱਠਿਆ ਚੱਲ ਵੀ ਪੰਡਤਾ ਤਿਆਰ ਹੋ ਜਾ ਕਿੱਥੇ ਮੈਂ ਹੈਰਾਨ ਹੂੰ ਪੁੱਛਿਆ ਘੁੰਮ ਫਿਰ ਆਈਏ ਪੜਵਲ ਉਹਨੇ ਸੱਜੀ ਗਿਆ ਐਸ ਵੇਲੇ ਨੇਰਾਤਾ ਦੇ ਬਾਹਰ ਸੁੰਨਸਾਨ ਹੋਈ ਪਈ ਐ ਮੈਂ ਡਰ ਗਿਆ ਸੀ ਉਹਦੀ ਇਸ ਅਜੀਬ ਖਾਇਸ਼ ਤੋਂ ਨੇਰਾ ਖਾਂਦਾ ਤੈਨੂੰ ਇਸ ਆਲੀ ਸੁੰਨਸਾਨਤਾ ਤੋੜਨੀ ਐ ਆਪਾਂ ਉਹਨੇ ਹੱਸਦਿਆਂ ਆਖਿਆ ਉਹਦੇ ਬੋਲਾਂ ਚ ਦ੍ਰਿੜਤਾ ਸੀ ਮੈਂ ਝੱਕਦੇ ਝਿਜਕਦੇ ਨੇ ਆਪਣਾ ਆਪਣੇ ਸਿਰ ਉਤੇ ਭਗਵਾਨ ਸਾਫਾ ਬੰਨ ਲਿਆ ਉਹ ਨੰਗੇ ਸਿਰ ਹੀ ਰਿਆ ਅਸੀਂ ਦੋਵੇਂ ਬਾਹਰ ਨਿਕਲੇ ਸੱਚਮੁੱਚ ਸੁੰਨਸਾਨ ਸੀ ਬਾਹਰ ਮੈਨੂੰ ਤਾਂ ਇਹ ਸੁੰਨਸਾਨ ਵਾਤਾਵਰਨ ਹੋਰ ਵੀ ਸੋਨਣ ਲੱਗਦਾ ਸੀ ਲੋਕ ਆਪੋ ਆਪਣੇ ਅੰਦਰ ਹੀ ਪਏ ਸੀ ਮਨੋਂ ਤਾਂ ਮੈਂ ਵੀ ਆਪਣੇ ਅੰਦਰ ਹੀ ਸੀ ਬਾਹਰ ਤਾਂ ਕੇਵਲ ਮੇਰਾ ਸਰੀਰ ਹੀ ਸੀ ਜਿਹਨੂੰ ਹਰਚੰਦ ਧੂਈ ਲਈ ਜਾ ਰਿਹਾ ਸੀ ਬਾਹਰ ਆ ਫਿਰ ਉਹ ਆਪਣੀ ਰੌਂਚ ਆ ਗਿਆ ਗੱਲਾਂ ਕਰੀ ਗਿਆ ਮੈਨੂੰ ਕੋਈ ਪਤਾ ਨਹੀਂ ਸੀ ਲੱਗ ਰਿਹਾ ਵੀ ਉਹ ਕਹਿ ਕੀ ਰਿਹਾ ਮੈਨੂੰ ਤਾਂ ਬਸ ਉਹਦੇ ਲਾੜ ਨਾਲ ਕਹੇ ਪੰਡਤ ਆ ਬ੍ਰਾਹਮਣਾ ਪਾਦਾ ਸ਼ਬਦ ਹੀ ਸੁਣਾਈ ਦੇ ਰਹੇ ਸੀ ਕਦੇ-ਕਦੇ ਉਹਦਾ ਹਾਸਾ ਕਿੰਨਾ ਖੌਫਨਾਕ ਸੀ ਹਾਸਾ ਉਹਦਾ ਇਉਂ ਵਾਰ ਕੋ ਪਨੇਰੇ ਚ ਹਸਣਾ ਠੀਕ ਨਹੀਂ ਸੀ ਮੇਰੀ ਡਰੀ ਹੋਈ ਸੋਚ ਉਬਾਸਰ ਨੂੰ ਵੀ ਡਰਦੀ ਸੀ ਚੜੀ ਜਨੌਰ ਤੱਕ ਤਾਂ ਚੁੱਪ ਸਾਲ ਪਤਾ ਨਹੀਂ ਕਦੋਂ ਆਏ ਅਸੀਂ ਪੁਲ ਉਤੇ ਮਨ ਕੁਝ ਟਿਕਿਆ ਤਦੇ ਮੈਨੂੰ ਪਤਾ ਲੱਗਾ ਪੁਲ ਦੀ ਮੰਢੇਰ ਤੇ ਇੱਕ ਬੜਾ ਭਾਰੀ ਪੱਥਰ ਪਿਆ ਸੀ ਦੁਆਲੇ ਅਸੀਂ ਬੈਠੇ ਸੀ ਨਹਿਰ ਦੇ ਪਾਣੀ ਵੱਲ ਲੱਤਾਂ ਲਮਕਾ ਕੇ ਉਹ ਗੱਲਾਂ ਕਰ ਰਿਹਾ ਸੀ ਦੇਖ ਆਤਮੇ ਆਪਾਂ ਹੁਣ ਪੁਲ ਤੇ ਬੈਠੇ ਆ ਸਾਡੀ ਮਰਜ਼ੀ ਹੈ ਜਿੱਥੇ ਚਾਹੀਏ ਬੈਠੀਏ ਇਹ ਬੋਲ ਨਹਿਰ ਪਿੰਡ ਇਹ ਸ਼ਹਿਰ ਸਭ ਆਪਣੇ ਨੇ ਸਾਡੇ ਖੇਤ ਹਨ ਕਹਿ ਉਹ ਕੁਝ ਸੋਚਣ ਲੱਗ ਪਿਆ ਨਹਿਰ ਵੱਢਤੀ ਸੀ ਇੱਕ ਵਾਰੀ ਮੈਂ ਹੌਲੀ ਜਿਹੀ ਬੋਲਿਆ ਕਿਹਨੇ ਉਹਨੇ ਸਹਿਜ ਭਾ ਪੁੱਛਿਆ ਪਤਾ ਨਹੀਂ ਮੇਰੀ ਆਵਾਜ਼ ਕੰਬ ਗਈ ਚਲੋ ਕਿਸੇ ਨੇ ਵੀ ਵੱਢੀ ਸਾਡੀ ਵੱਢੀ ਇਹ ਹੈ ਤਾਂ ਸਾਡੀ ਮੈਂ ਤਾਂ ਕਹਿਣਾ ਮੁੰਡੇਰ ਤੇ ਪਿਆ ਇਹ ਪੱਥਰ ਵੀ ਸਾਡੀ ਮਿੱਟੀ ਦੀ ਇੱਕ ਇੱਕ ਮੁਠੀ ਉਹ ਜਜ਼ਬਾਤ ਦੀ ਰੌਂਚ ਵੰਦਾ ਜਾ ਰਿਹਾ ਸੀ ਬਹੁਤ ਬੜਾ 파ੜ ਸੀ ਮੈਂ ਆਪਣੇ ਚੇਤੇ ਚ 파ੜ ਬਾਰੇ ਸੋਚਿਆ ਯਾਦ ਕਰਦਾ ਬੋਲਿਆ ਹੂੰ ਫੇਰ ਉਹਦੀ ਉਤਸੁਕਤਾ ਚ ਪਰੇਸ਼ਾਨੀ ਮੈਨੂੰ ਮਹਿਸੂਸ ਹੋਈ ਫੇਰ ਕੀ ਪਿੰਡ ਚ ਰੌਲਾ ਪੈ ਗਿਆ ਗੁਰਦੁਆਰੇ ਚ ਨਗਾਰਾ ਵੱਜਿਆ ਲੋਕਾਂ ਪੂਰਤਾ 파ੜ ਰਾਤੋਂ ਰਾਤ ਮੈਂ ਆਖਿਆ ਇਹ ਤਾਂ ਹੋਈ ਨਾ ਗੱਲ ਉਹਨੇ ਖੁਸ਼ ਹੋ ਕੇ ਮੇਰੇ ਮੋਢੇ ਤੇ ਹੱਥ ਰੱਖ ਦਿੱਤਾ ਫੇਰ ਉਹ ਉੱਠਿਆ ਅੱਧ ਚੀਰੀ ਟਾਲੀ ਕੋਲ ਗਿਆ ਮੈਂ ਉਹਦੇ ਕੋਲ ਜਾ ਖੜਾ ਹੋਇਆ ਉੱਪਰ ਨੂੰ ਦੇਖਿਆ ਪੂਰੀ ਫੈਲਰੀ ਹੋਈ ਸੀ ਉਹ ਛਤਰੀ ਬਾਗ ਉਹਨੇ ਟਾਲੀ ਤੇ ਉਸ ਬਾਗ ਤੇ ਹੱਥ ਫੇਰਿਆ ਜਿੱਥੇ ਚੀਰ ਸੀ ਕਿੰਨਾ ਹੀ ਚਿਰ ਫੇਰਦਾ ਰਿਹਾ ਫਿਰ ਉਹਦੇ ਧੁਰ ਅੰਦਰੋਂ ਡੂੰਘ ਚੋਂ ਆਵਾਜ਼ ਆਈ ਮਾਂ ਮਾਂ ਕਿੱਥੇ gsi ਭਲਾ ਮੈਂ ਉਹਦਾ ਹੱਥ ਫੜ ਉਸ ਥਾਂ ਕੋਲ ਲੈ ਗਿਆ ਜਿੱਥੇ ਮੇਰੇ ਅੰਦਾਜ਼ੇ ਮੁਤਾਬਕ ਉਹਦੀ ਮਾਂ ਦੀ ਲਾਸ਼ ਮੈਂ ਦੇਖੀ ਸੀ ਉੱਥੇ ਬਿੰਦਕ ਪਰ ਰੁੱਕ ਕੇ ਕੁਝ ਸੋਚਦਾ ਰਿਹਾ ਫਿਰ ਭਰੇ ਗਲੇ ਨਾਲ ਬੋਲਿਆ ਕਿੰਨੇ ਕੁ ਬੰਦੇ ਮਰ ਗਏ ਹੋਣਗੇ ਉਦੋਂ ਅਣਗਿਣਤ ਮੇਰਾ ਮਨ ਵੀ ਭਾਰੀ ਹੋ ਗਿਆ ਸ਼ਾਇਦ ਬਾਪੂ ਬਚ ਗਿਆ ਹੋਵੇ ਅਜੇ ਵੀ ਜਿਉਂਦਾ ਹੋਵੇ ਇੱਥੇ ਕਿਸੇ ਸ਼ਹਿਰ 'ਚ ਜਾਂ ਪਾਕਿਸਤਾਨ 'ਚ ਉਹਨੇ ਆਸ ਪ੍ਰਗਟ ਕੀਤੀ ਪਤਾ ਨਹੀਂ ਸ਼ਾਇਦ ਕਹਿੰਦਿਆ ਮੈਂ ਉਹਨੂੰ ਬਾਹਾਂ 'ਚ ਲੈ ਲਿਆ ਤੇ ਅਸੀਂ ਮੁਰ ਮੰਦਿਰ ਤੇ ਆ ਬੈਠੇ ਕੁਝ ਚਿਰ ਚੁੱਪ ਛਾਈ ਰਹੀ ਅਸੀਂ ਵੀ ਅਜੀਬ ਲੋਕ ਆ ਕੀੜੀਆਂ ਦੇ ਭੌਣ ਤੋਂ ਪਰਾਂ ਦੀ ਹੋ ਕੇ ਲੰਗਦਿਆਂ ਬੰਦਿਆਂ ਨੂੰ ਬੇਕਿਰਕ ਹੋ ਕੇ ਮਾਰ ਦਿੰਨੇ ਆ ਉਹ ਬੋਲਿਆ ਚਲਿਏ ਹੁਣ ਰਾਤ ਬਹੁਤ ਹੋ ਗਈ ਨਾਲੇ ਐਵੇਂ ਨਾ ਭੰਗ ਦੇ ਪਾੜੇ ਮੈਂ ਤੌਖਲਾ ਜ਼ਹਿਰ ਕੀਤਾ ਤੈਨੂੰ ਨਹੀਂ ਲੱਗਦਾ ਮੈਂ ਹਰਚੰਦ ਨੂੰ ਉਲਟਾ ਸਵਾਲ ਕੀਤਾ ਉੱਚੀ ਉੱਚੀ ਹੱਸਿਆ ਫਿਰ ਕਹਿਣ ਲੱਗਾ ਹੁਣ ਜੇ ਕੋਈ ਆ ਕੇ ਸਾਨੂੰ ਮਾਰ ਜੇ ਤਾਂ ਕੱਲ ਨੂੰ ਅਖਬਾਰਾਂ 'ਚ ਛਪ ਜੂ ਆਤਵਾਦੀਆਂ ਹੱਥੋਂ ਇੱਕੋ ਫਿਰਕੇ ਦੇ ਬੰਦਿਆਂ ਦੀ ਹੱਤਿਆ ਉਹ ਫਿਰ ਹੱਸ ਪਿਆ ਅਖਬਾਰਾਂ 'ਚ ਤਈ ਬਿਆਨ ਵੀ ਛਪਦੇ ਨੇ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਹੈ ਮੇਰੇ ਬੋਲਾਂ 'ਚ ਚਿੰਤਾ ਦਾ ਪ੍ਰਗਟਾਵਾ ਸੀ ਗੱਲ ਸੁਣ ਕੇ ਉਹ ਚੁੱਪ ਹੋ ਗਿਆ ਕੁਛਿਰ ਕੁਛ ਨਾ ਬੋਲਿਆ ਫਿਰ ਉਹਨੇ ਔਖਾ ਜਿਹਾ ਹੋ ਕੇ ਮੂੰਹ 'ਚ ਬੁੜਬੁੜ ਕੀਤੀ ਮੇਰੇ ਵੱਲ ਮੂੰਹ ਮੋੜਿਆ ਮੈਨੂੰ ਲੱਗਿਆ ਜਿਵੇਂ ਉਹਨੇ ਘੂਰੀ ਵੱਟੀ ਹੋਵੇ ਬੁੱਲ ਮਰੋੜੇ ਹੋਣ ਅੱਖਾਂ ਲਾਲ ਹੋ ਗਈਆਂ ਹੁਣ ਪੱਖ ਦੇ ਅੰਗਿਆਰ ਉਹ ਇੱਕੋ ਝਟਕੇ ਨਾਲ ਉੱਠਿਆ ਤੇ ਰੋਹ ਭਰੀ ਉੱਚੀ ਆਵਾਜ਼ 'ਚ ਬੋਲਿਆ ਉਹ ਮੰਮੇ ਲੱਗਦੇ ਨੇ ਹਿੰਦੁਸਤਾਨ ਦੇ ਸਾਡਾ ਦੇਸ਼ ਨਹੀਂ ਹੈਗਾ ਇਹ ਮੈਨੂੰ ਉਹਦੀ ਪੂਰੀ ਦੇਹ ਕੰਬਦੀ ਲੱਗੀ ਮੈਂ ਉਹਨੂੰ ਫੜ ਕੇ ਸੰਭਾਲਣ ਦੀ ਕੋਸ਼ਿਸ਼ ਕੀਤੀ ਉਹਨੇ ਮੇਰੇ ਹੱਥ ਛੁਡਾ ਕੇ ਪਿੱਛੇ ਨੂੰ ਝੰਡਕ ਦਿੱਤੇ ਫਿਰ ਪੂਰੇ ਜੋਸ਼ ਛਾ ਕੇ ਪੁਲ ਦੀ ਮੰਡੇਰ ਤੇ ਪਿਆ ਪੱਥਰ ਤੱਕ ਕੇ ਉਹਨੇ ਨਹਿਰ ਚ ਸੁੱਟ ਦਿੱਤਾ ਪੱਥਰ ਡਿੱਗਦੇ ਸਾਰ ਪਾਣੀ ਚ ਡੂੰਗਾ ਪਾੜ ਪੈ ਗਿਆ ਤੇ ਫਿਰ ਹੌਲੀ ਹੌਲੀ ਆਪੇ ਪੂਰਿਆ ਗਿਆ ਪਾਣੀ ਸ਼ਾਂਤ ਹੋ ਆਪਣੀ ਤੋਰ ਵਗਣ ਲੱਗ ਪਿਆ ਧੰਨਵਾਦ